ਮੇਰੇ ਵੀਰੋ ਹਾਰਦਲੇ ਪਾਸੇ ਕਹਿੰਦੇ ਅੰਕੁਸ਼ ਕੋਟ ਕਪੂਰੇ ਦੀ ਧਰਤੀ ਦਾ ਜਿਹੜਾ ਕਹਿੰਦੇ ਸਾਹਮਣਾ ਕਰਦਾ ਦੋ ਜਿਹੜਾ ਤੇ ਪਹਿਲਾ ਵਰੇਦਲੇ ਪਾਸੇ ਗੱਡੀਆਂ ਦਾ ਜੇ ਪੋਗੀ ਦੀ ਪੈਂਦੀ ਆ ਆਹ ਘੋੜੀਆ ਖੁਰਦ ਕਹਿੰਦੇ ਪਿੰਡ ਖਰਾਰੀ ਦਾ ਇੱਧਰ ਕਹਿੰਦੇ ਚਰਤੇ ਆ ਮੁੰਡਿਆਂ ਦੇ ਆਹ ਸਾਹਮਣੇ ਘੋੜੀਏ ਵਾਲੇ ਨੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਆਹ ਕਮਾਲ ਕਰ ਦਿੱਤੀ ਮੇਰੇ ਕਾਪਕੋ ਚ ਦੁਨੀਆਂ ਤੋਂ ਲੋਹਾ ਮਨਵਾਇਆ ਆਹ ਚੈਤੋ ਵਾਲਾ ਫੇਰ ਆਇਆ ਇੱਧਰ ਮੁਕਾਬਲਾ ਵੀ ਘੋੜੀਏ ਨਾਲ ਹੈ ਪਾਸੇ ਕਹਿੰਦੇ ਰਾਜੂ ਆ ਜੈਤੋ ਦੀ ਧਰਤੀ ਦਾ ਇੱਧਰਲੇ ਪਾਸੇ ਕਮਾਲ ਹੀ ਕਰ ਦਿੱਤੀ ਆ ਲੱਗਦਾ ਜ਼ੋਰ ਕਿ ਅਸੀਂ ਤਜਰਬੇ ਕਾਰ ਪੁਰਾਣੇ ਸਾਥੋਂ ਸਿੱਖੂ ਇਹ ਕੋਕੀ ਹੈ ਇਹਨੇ ਸਾਢੇ ਕੋਈ 16 ਸਾਲ ਦੀ ਉਮਰ ਚ ਅੱਧੀ ਮਸ਼ੀਨ ਜਿੱਤੀ ਸੀ ਉੱਧਰ ਦੇਖੋ ਉਹ ਬਾਈ ਇੱਕ ਹੱਥ ਲਾ ਕੇ ਅੱਜ ਫੜਦਾ ਤੇ ਅੱਜ ਬੱਲੇ ਬੱਲੇ ਹੋ ਰਹੀ ਹੈ ਲੈ ਵੀ ਅੱਜ ਚੈਤੋ ਵਾਲਾ ਨਹੀਂ ਮਰਦਾ ਅੱਜ ਚੈਤੋ ਵਾਲਾ ਨਹੀਂ ਮਰਦਾ ਚੈਤੋ ਵਾਲਾ ਨਹੀਂ ਕਹਿੰਦੇ ਮਰਦਾ ਅਸੀਂ ਕਹਿੰਦਾ 500 ਮੇਰਾ ਹੈ ਉਹ 1000 ਦੀ ਗੱਲ ਹੈ ਇੱਧਰ ਛੱਕਾ ਜਾਂ ਚੌਕਾ ਪਰ ਜਿਹੜਾ ਮੁੰਡਾ ਬੋਲਿੰਗ ਤੇ ਹੈ ਇਹਦਾ ਨਾਮ ਹੈਪੀ ਹੈ ਤੇ ਪਿੰਡ ਘੋੜੀਆ ਖੁਰਦ ਹੈ ਇਹਨੇ ਸਾਰੀ ਉਮਰ ਮਿਹਨਤ ਕੀਤੀ ਤੇ ਫਲ ਮਹਾਰਾਜ ਨੇ ਕੋਟਕਪੁਰ ਦੀ ਧਰਤੀ ਦਿੱਤਾ 3600 ਫੋੜ ਜਿਸ ਸਮੇਂ 'ਚ ਬਣਾਈ ਸੀ ਜਦੋਂ ਪ੍ਰਾਈਜ਼ 5171 ਜਾਂ 11000 ਹੁੰਦੇ ਸੀ ਪਰ ਫੋੜ ਜੇ ਤੂੰ ਆ ਦੇਖੋ ਕੀ ਹੋ ਗਿਆ ਇੱਧਰ ਕਰਨ ਸੰਧੂ ਨੇ ਪੀਆਰ ਛੱਡ ਕੇ ਆਇਆ ਕਹਿੰਦਾ ਪਿੰਡ ਜਾ ਕੇ ਵਸਣਾ ਪਰ ਕਰਦੀ ਆਉਣੀ ਹੈ 6100 ਲੱਗ ਗਿਆ 3 ਛੱਕਿਆ ਦੇ ਬਲੈਕੀ ਦੇ ਲੈ ਵੀ ਬਲੈਕੀ ਤੇਰੇ ਤੇ ਮਾਣ ਕੀਤਾ ਮਾਣਾ ਸਿੰਘ ਵਾਲਿਆਂ ਨੇ ਉਧਰ ਸੋਲਾ ਕਹਿੰਦਾ ਯਾਰ ਮੇਰਾ ਬਹੁਤ 3 ਛੱਕੇ 8100 ਦੇ ਤੇ ਲੈਨਮੈਨ ਕਹਿੰਦਾ ਮੈਂ ਕਿਉਂ ਪਿੱਛੇ ਆ 500 ਮੇਰਾ ਆ ਦੇਣ ਕਹਿੰਦੇ ਦੀਪਕ ਮੇਰੇ ਵੀਰੋ ਇਹ ਕਹਿੰਦੇ 26 ਫਰਵਰੀ ਨੂੰ ਕਹਿੰਦੇ ਮੁੰਡੇ ਨੇ ਘੋੜਾ ਜਿੱਤਿਆ ਪਰ ਆ ਕਹਿੰਦੇ ਪੁਰੀ ਆ ਉਸੇ ਖੇਡ ਮੇਲੇ ਦਾ ਆ ਦੇਣ ਕਹਿੰਦੇ 11000 ਦਾ ਜੇਤੂ ਹੈ ਸੋਰਾ ਇੱਧਰ ਪੈਂਦੀ ਵਾਲ ਆ ਪੁੱਛੋ ਬਣੇ ਨੇ ਕਹਿੰਦੇ ਕੰਮ ਕਰਤਾ ਇੱਥੇ ਰਾਖਾ ਪੁੱਛੋ ਵਾਲਾ ਮੋੜਤਾ ਕੋਈ ਨੀ ਦੱਸਾਂਗੇ ਸਸਪੈਂਸ ਹੈ ਸ਼ਾਮ ਨੂੰ ਜ਼ਰੂਰ ਦੱਸਾਂਗੇ ਉਹ ਬੰਦੇ ਦਾ ਨਾਮ ਜਿਹਨੇ ਮੀਂਹ ਦੇ ਟਾਈਮ ਤੇ ਵੀ ਅੱਜ ਧੁੱਪ ਵੀਰੋ ਜਿਹੜਾ ਖਿਡਾਰੀ ਦੇ ਪਾਸੇ ਕਹਿੰਦੇ ਸਾਹਮਣਾ ਕਰਦਾ ਹੋਇਆ ਪੈਂਦੀ ਬਾਲ ਆ ਟਰਾਈ ਕਹਿੰਦੇ ਕੀਤੀ ਆ ਦੋਈਆਂ ਨੇ ਸਵਾਲ ਤੇ ਉਧਰ ਕਰਨ ਉਧਰ ਡਾਕਟਰ ਪੁਲਸੀਆ ਭਰਾ ਸਾਡਾ ਹੁਕਮ ਕਹਿੰਦੇ ਪੱਟੀ ਵਾਲਾ ਉਹ ਵੀ ਮੇਲੇ ਨਾਲ ਜੁੜਿਆ ਆ ਸਾਡਾ ਵਾਹ ਕਹਿੰਦੇ ਪੁਲਸੀਆ ਭਰਾ ਸਾਡੇ ਜਿਹੜੇ ਚੰਡੀਗੜ੍ਹ ਤੋਂ ਮੇਰੇ ਵੀਰੋ ਜਿਹੜੇ ਮੇਲੇ ਨਾਲ ਜੁੜੇ ਹੋਏ ਆ ਧੰਨਵਾਦ ਕਰਾਂਗੇ ਮਿੱਤਰਾਂ ਨਾਲ ਉਹਦੀ ਪੱਟੀ ਸਕਰੀਨ ਲਾਈ ਹੋਈ ਹੈ ਕਹਿੰਦਾ ਅੱਜ ਮੇਰੇ ਇਲਾਕੇ ਦਾ ਕੱਪ ਹੈ ਮੈਂ ਪਹੁੰਚ ਨਹੀਂ ਸਕਿਆ ਪਰ ਇੱਥੇ 5 ਜਣੇ ਬੈਠੇ ਐ ਲੇਕਿਨ ਕਹਿੰਦੇ ਫੇਰ ਤਿਆਰ ਆ ਇੱਧਰ ਇੱਕ ਪਾਸੇ ਕਹਿੰਦੇ ਪੈਂਦੀ ਬਾਲ ਆਹ ਸਾਹਮਣੇ ਕਹਿੰਦੇ ਟਰਾਈ ਕੀਤੀ ਕਹਿੰਦੇ ਖੇਡ ਮਰਾਂ ਦੇ ਖਿਡਾਰੀ ਨੇ ਗੱਲ ਕਹਿੰਦੇ ਲਾ ਦਿੱਤੀ ਐ ਟਿਕਾਉਣੇ ਤੇ ਬੱਲੇ ਬੱਲੇ ਹੋ ਗਈ ਐ ਅੱਜ ਦੁਨੀਆ ਦੇ ਚੋਟੀ ਦੇ ਪਲੇਅਰ ਮਾਨਾ ਸਿੰਘ ਵਾਲੀ ਦੀ ਧਰਤੀ ਤੇ ਫਿਰੋਜ਼ਪੁਰ ਇਲਾਕੇ ਦਾ ਟੌਪ ਦਾ ਕੱਪ ਪੰਜਾਬ ਦੇ ਟੌਪ ਦੇ ਕੱਪਾਂ ਦੇ ਵਿੱਚ ਮਾਨਾ ਸਿੰਘ ਵਾਲੇ ਦਾ ਨਾਮ ਆਉਂਦਾ ਹੈ ਕਿ ਆਓ ਨਹੀਂ ਦੇਣੇ ਅਸੀਂ ਪਹਿਲਾਂ ਹੀ ਬਰਾਬਰ ਰੱਖਣੇ ਐ ਵਾਕਈ ਕਹਿੰਦੇ ਚਰਚੇ ਕਰਵਾਉਣੇ ਆ ਇਧਰੇ ਪਾਸੇ ਕਹਿੰਦੇ ਪੈਂਦੀ ਬਾਲ ਦੇ ਕਹਿੰਦੇ ਟਰਾਈ ਕਰਦਾ ਖਿਡਾਰੀ ਜਿਹੜੇ ਸਕੋਰ ਕਹਿੰਦੇ 2 ਤੀਜੇ ਲਈ ਕਹਿੰਦੇ ਭਾਈਦਾ ਮੇਰੇ ਵੀਰ ਪਰ ਖਿਡਾਰੀ ਪਹਿਲਾ ਵਰਗੀ ਨੇ ਪਾਉਣਾ
ਬਲੈਕੀ ਪੁੱਛੋ ਵੀਰੇ, ਕੋਈ ਨੀ ਬਲੈਕੀ ਕਰ ਦਿੰਦੇ ਆ। ਉਧਰ ਬੜੀ ਤਗੜੀ ਟੱਕਰ ਆ, 77 ਦਾ ਟਾਰਗੇਟ ਹੈ ਤੇ ਮੇਰੇ ਹਿਸਾਬ ਨਾਲ 78 ਜਾਂ 77 ਕਰਦਾ ਫੇਰ ਵੀ ਰੁਪਈਆ 1100 ਪਰ ਇਧਰਲੇ ਪਾਸੇ ਕਹਿੰਦੇ ਜਿਹੜੇ ਸਕੋਰ ਦੇ ਵੀਰੋ ਚਾਰ ਜਿਹੜੇ ਆ ਗਏ ਨੇ ਦੀਪਕ ਦੇ ਤੇ ਦਿਨ ਲਿਆਉਣੇ ਆਪਣੇ ਹੱਥ ਹੈ। ਲਾ ਉਧਰਲੇ ਪਾਸੇ ਕਹਿੰਦੇ ਬਾਲ ਕਰਨੇ ਖਿਡਾਰੀ ਕਹਿੰਦੇ ਫੇਰ ਬਰਾਂਚ ਵਾਧਾ ਹੋਇਆ ਕਹਿੰਦੇ ਤਿਆਰ ਪਰ ਤਿਆਰ ਆ। ਬਾਲ ਉਧਰਲੇ ਪਾਸੇ ਕਹਿੰਦੇ ਪੈਂਦੀ ਆ, ਆਹ ਪਟਲੇ ਪੈਰ ਬਣੇ ਦੂਜੇ ਬੰਦੇ ਛੱਕੇ ਦੇ ਵੀ 500 ਰੁਪਇਆ ਤੇ ਕਹਿੰਦੇ ਵਿਗੜ ਤੇ ਵੱਡੇ ਮਾਰ ਹੋ ਰਿਹਾ ਪਰ ਆਹ ਬੱਲਾ ਡਾਊਟ ਲਾਉਂਦਾ ਪੁੱਜਵਾਲਾ ਹੋ ਜਾ ਟਾਵਰ ਲੈਗ ਬਾਏ ਲੈਗ ਬਾਏ ਲੈਗ ਬਾਏ ਦੇ ਕਹਿੰਦੇ ਦੋ ਆ ਕਿਸੇ ਗੱਲ ਨੂੰ। ਇੱਧਰ ਕਹਿੰਦੇ ਫੇਰ ਬਾਲ ਪੈਂਦੀ ਆ ਨੇ ਕਹਿੰਦੇ ਟਰਾਈ ਕੀਤੀ ਆ ਨੋਈਆਂ ਨੇ ਹਰ ਸਕੋਰ ਜਿਹੜੇ ਕਹਿੰਦੇ ਚਾਰ ਦੇ ਵਾਧੇ ਆਏ ਹੋਏ ਆ। 500 ਲਾਵਿਆ ਬਾਲ ਤੇ ਛੱਕਾ ਵੱਜਦਾ ਜਾਂ ਵਿਕਟ 500 ਦੀ ਹੈ ਇਹ ਲਾਸਟ ਕੁਆਟਰ ਹੈ ਮਨ ਨੇੜੇ ਨਹੀਂ ਲਾਉਂਦੇ ਕੈਨੇਡਾ ਵਾਲੇ ਨੂੰ ਝੰਡੇ ਨੂੰ ਇਹ ਪਿਆਰ ਆ ਕੈਨੇਡਾ ਨੇ ਆ ਇਹ ਕਰਨ ਦਾ ਪਿਆਰ ਹੈ ਤੇ ਸਾਹਮਣੇ ਫਿਰ ਆ ਗਿਆ ਦੀਪਕ ਉਹ ਪਿੱਟੂ ਛੱਕੇ ਸਿਰਫ 10 ਬਾਕੀ ਹੈ। ਬਾਬਾ ਜੀ ਦਾ ਵੀ ਧੰਨਵਾਦ ਕਰਾਂਗੇ ਇਹਦਾ ਵੀ ਜ਼ਰੂਰ ਮਾਣ ਕਰਨਾ। ਲਾ ਉਧਰਲੇ ਪਾਸੇ ਕਹਿੰਦੇ ਕਮਾਲ ਕਰ ਦਿੱਤੀ ਆ ਭੱਜਲਾ 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 ਵੀਰਾ ਆਹ ਸਾਹਮਣੇ ਕਹਿੰਦੇ ਸਕੋਰ ਜਿਹੜੇ ਉਧਰਲੇ ਪਾਸੇ ਹੋਈ ਪਈ ਹੈ ਸਾਹਮਣੇ ਦੀਪਕ 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 ਉਹ ਨਹੀਂ ਮਾਰਦਾ ਇਹ ਤਾਂ ਚੌਕੇ ਦੇ ਚੌਕਾ ਲਾਈ ਜਾਂਦਾ ਉਧਰ ਅਮਨ ਨੂੰ ਫੜਿਆ ਮੇਰੇ ਹਿਸਾਬ ਨਾਲ ਤੋਰ ਦੀ ਸਮਾਪਤੀ ਜੇਤੂ ਦਾ ਮੈਚ ਵੀਰੇ ਸਿੱਧੂ ਵਾੜ ਕੋਟਕਪੂਰੇ ਦਾ ਦੂਜਾ ਸੈਮੀ ਆ ਰਾਏ ਲੈ ਕੇ ਭੇਜੀ ਚਾਰ ਵਾਲਾ ਨੰਬਰ ਹੈ ਨਹੀਂ ਗੱਲ ਕੋਈ ਨਾ ਨਾਲ ਕਹਿੰਦੇ ਗਿੱਦੜ ਵਰਗੇ ਭਰਾ ਸਾਡੇ ਉਹ ਵੀ ਕਹਿੰਦੇ ਅਜੇ ਮੇਲੇ ਨਾਲ ਕਹਿੰਦੇ ਜੁੜੇ ਹੋਏ ਆ 27 ਪਹਿਲੀ ਤੇ ਛੱਕਾ ਪਹਿਲੀ ਤੇ ਛੱਕਾ ਹੋ ਬੱਲੇ ਬੱਲੇ ਹੋ ਗਈ ਤੇ 500 ਜਸ਼ਨ ਵੱਲੋਂ ਕਹਿੰਦਾ 2000 ਦੇ ਕਰ ਦੋ ਕਹਿੰਦਾ ਭੱਜ ਛਕੇ ਉਧਰ ਬਲਾਈਕੀ ਨੂੰ ਟੋਕਾ ਲੈ ਉਧਰਲੇ ਪਾਸੇ ਯਾਰ ਰੱਬ ਦੇ ਬੰਦੇ ਕਹਿੰਦੇ ਕੌਣ ਆ ਰੱਬ ਦੇ ਬੰਦੇ ਇਹ ਆ ਰੱਬ ਦੇ ਬੰਦੇ ਇਹਨਾਂ ਦੀ ਇੱਜ਼ਤ ਤੇ ਪਿਆਰ ਨਾਲ ਜ਼ਰੂਰ ਬੋਲਿਆ ਕਰੋ ਇਹ ਕ੍ਰਿਕਟ ਦੇ ਦੀਵਾਨੇ ਆ ਹਰ ਖੇਡ ਦੇ ਦੀਵਾਨੇ ਆ। ਲਾ ਉਧਰਲੇ ਪਾਸੇ ਕਹਿੰਦੇ ਖੇਡ ਮੈਦਾਨ ਤੇ ਮੇਰੇ ਵੀਰੋ ਮੈਚ ਜਿਹੜਾ ਸਮਾਪਤੀ ਦੇ ਵੱਲ ਆ ਨਾਲ ਜੈਤੋ ਦੀ ਟੀਮ ਲਾ ਉਧਰਲੇ ਪਾਸੇ ਕਹਿੰਦੇ ਟੀਮ ਜਿਹੜੀ ਖੇਡ ਮੈਦਾਨ ਤੇ ਮੇਰੇ ਵੀਰੋ